ਗਿਆ ਤਾਂ ਹੀ ਕਰਕੇ ਜੀ ਮੈਂ ਆਪਣੀ ਟੀਮ ਨਾਲ ਰਲ ਕੇ ਜੀ ਅੱਜ ਮੈਂ ਇਹ ਕੰਮ ਕੀਤਾ ਜੀ ਔਰ ਮੈਂ ਸਾਰੀ ਟੀਮ ਨੂੰ ਸਹੀ ਕਹਿਣ ਦਿੱਤਾ ਜੀ ਜੋ ਮੇਰੇ ਨਾਲ ਹੋਇਆ ਮੈਂ ਸਹੀ ਕਰਿਆ ਜੀ ਚਾਹੁੰਦੇ ਜੀ ਅੱਗੇ ਵਾਸਤੇ ਕੋਈ ਵੀ ਹੈ ਜੀ ਕੁੜੀ ਮੁੰਡੇ ਕੋਈ ਫਰਕ ਨਾ ਕਰੇ ਜੀ ਕੁੜੀਆਂ ਦੀ ਤਾਂ ਕੋਈ ਮਾਨਤਾ ਹੀ ਨਹੀਂ ਕਰਨ ਲੱਗ ਰਿਹਾ ਜੀ ਇਹ 10,000 ਲੈ ਕੇ ਕਰਦੇ ਜੀ ਮੁੰਡਾ ਹੁੰਦਾ ਤਾਂ ਇਹ ਫੀਸ ਵਧਾ ਲੈਂਦੇ ਨੇ ਜੇ ਕੁੜੀ ਹੁੰਦੀ ਤਾਂ 10,000 ਫੀਸ ਇਹਨਾਂ ਦੀ ਪੱਕੀ ਹੈ ਜੀ ਅਸੀਂ ਤਾਂ ਲੈ ਕੇ ਆਏ ਹਾਂਜੀ ਅਸੀਂ ਉਹਦੇ ਮੁਤਾਬਿਕ ਆਏ ਜੀ ਫਿਰ ਇਹਨਾਂ ਨੇ ਵੀ ਆ ਕੇ ਸਟੱਡੀ ਕੀਤਾ ਜੀ ਜਿਵੇਂ ਜਿਵੇਂ ਕੀਤਾ ਜੀ ਉਵੇਂ ਉਵੇਂ ਮੈਂ ਪੂਰੀ ਆਪਣੀ ਸਰਕਾਰ ਨੂੰ ਜਿਵੇਂ ਆਪਣੀ ਟੀਮ ਨੂੰ ਪੂਰਾ ਪੂਰਾ ਦੱਸਿਆ ਜੀ ਫਿਰ ਅਸੀਂ ਇਹਨਾਂ ਨੂੰ ਕਰਿਆ ਜੀ ਔਰ ਮੌਕੇ 'ਤੇ ਵਾਰਦਾਤ 'ਤੇ ਫੜਾਇਆ ਜੀ ਇਹਨਾਂ ਨੂੰ ਡਾਕਟਰ ਨੂੰ ਸਾਨੂੰ ਨਹੀਂ ਪਤਾ ਜੀ ਕਿੰਨੇ ਸਮੇਂ ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਜਾਣਦੀ ਜਦੋਂ ਮੈਨੂੰ ਪਤਾ ਹੀ ਦੱਸੇਗਾ ਨਾ ਪਤਾ ਲੱਗਿਆ ਜੀ ਬਸ ਅਸੀਂ ਉਦੋਂ ਹੀ ਕਾਰਵਾਈ ਸ਼ੁਰੂ ਕਰਤੀ ਜੀ ਇਹਦੇ ਇਹਦੇ ਨਾਲ ਠੀਕ ਜੀ ਹਾਂਜੀ ਅਸੀਂ ਆਪਣੀ ਟੀਮ ਨਾਲ ਹਾਂਜੀ ਟੀਮ ਨਾਲ ਕੰਮ ਕਰ ਰਹੇ ਹਾਂ ਜੀ ਇਹ ਰੇਡ ਸਾਨੂੰ ਟਿਪ ਆਫ ਮਿਲੀ ਸੀ ਵੀ ਕਿਤੇ ਸੈਕਸ ਐਕਸਟਰਮੀਨੇਸ਼ਨ ਹੋ ਰਹੀ ਹੈ ਉਹਨੂੰ ਫੋਲੋ ਕਰਦੇ ਕਰਦੇ ਸਾਡੀਆਂ ਟੀਮਾਂ ਜਿਹੜੀਆਂ ਨੇ ਪਟਿਆਲੇ ਤੋਂ ਇੱਥੇ ਪਹੁੰਚੀਆਂ ਅਤੇ ਉਹਦੇ 'ਚ ਅਸੀਂ ਇਹ ਪਾਇਆ ਦੇਖਿਆ ਵੀ ਇਹਨਾਂ ਨੇ 10,000 ਰੁਪਏ ਲੈ ਕੇ ਇੱਕ ਪੇਸ਼ੈਂਟ ਨੂੰ ਜਿਹੜੀ ਡੁਬਾਏ ਪੇਸ਼ੈਂਟ ਸੀ ਉਹਨੂੰ ਕਿਹਾ ਵੀ ਤੇਰੇ ਲੜਕਾ ਹੋਏਗਾ ਪਰ ਉਹ ਅਸੀਂ ਆ ਕੇ ਜਦੋਂ ਸਾਡੀਆਂ ਟੀਮਾਂ ਨੇ ਇਹਨੂੰ ਫੜ ਲਿਆ ਤਾਂ ਉਹ ਸਾਰੇ ਪੈਸੇ ਜਿਹੜੇ ਆ ਰਿਕਵਰ ਹੋ ਗਏ 10,000 ਰੁਪਈਏ ਅਤੇ ਫਿਰ ਇਹ ਸਾਰੀ ਜਿਹੜੀ ਹੈ ਸਰਚ ਕੀਤੀ ਉਸ ਤੋਂ ਪਤਾ ਲੱਗਿਆ ਵੀ ਇਹ ਟੋਟਲੀ ਅਨਆਥੋਰਾਈਜ਼ ਇਲੀਗਲ ਅਨਲਾਈਸੈਂਸ ਸੈਂਟਰ ਹੈ ਅਤੇ ਝੂਠ ਦੀ ਬੁਨਿਆਦ 'ਤੇ ਚੱਲ ਰਿਹਾ ਅਤੇ ਇਸੇ ਕਰਕੇ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਤਾ ਆਪਣੇ ਇੱਥੋਂ ਦੇ ਡਿਪਾਰਟਮੈਂਟ ਨੇ ਵੀ ਸਾਡੇ ਸਿਵਲ ਸਿੰਘ ਸਾਹਿਬ ਨਾਲ ਆਏ ਹੋਏ ਆ ਤਾਂ ਕਿ ਇਹਨਾਂ ਦੇ ਖਿਲਾਫ਼ ਜਿਹੜਾ ਪਰਚਾ ਹੈ 420 ਦਾ ਵੀ ਦਰਜ ਹੋਊਗਾ ਅਤੇ ਸੈਕਸ ਟਰਮੀਨੇਸ਼ਨ ਵਾਲਾ PCP ਐਂਟੀਟੀ ਦਾ ਵੀ ਦੋਨੋਂ ਕੇਸ ਇਹਨਾਂ 'ਤੇ ਦਰਜ ਹੋਣਗੇ ਅਸੀਂ ਕਹਾਂਗੇ ਪੁਲਿਸ ਨੂੰ ਵੀ ਇਹਨਾਂ ਨੂੰ ਅੰਦਰ ਕਰੋ ਇਹਨਾਂ 'ਤੇ FIR ਲੌਂਚ ਕਰੋ ਅਤੇ ਪੁਲਿਸ ਨਾਲ SP ਸਾਹਿਬ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਕਿੰਨੇ ਚਿਰ ਤੋਂ ਡੇਢ ਦੋ ਮਹੀਨੇ ਤੋਂ ਤਾਂ ਆਪ ਐਡਮਿਟ ਕਰ ਰਿਹਾ ਪਰ ਜਿੱਥੋਂ ਦੇਖਣ ਤੋਂ ਲੱਗਦਾ ਵੀ ਇਹ ਕਾਫੀ ਪੁਰਾਣਾ ਚੱਲ ਰਿਹਾ ਤੇ ਕਿੰਨੇ ਪੈਸੇ ਦੇ ਕਿੰਨੇ ਪੇਸ਼ੈਂਟ ਇਹ ਸਾਰਾ ਜਿਹੜਾ ਇਹਨਾਂ ਦਾ ਸੀਕਰੇਟ ਹੁੰਦਾ ਡਾਊਟ ਵੀ ਜਿਹੜੇ ਲੈ ਕੇ ਆਉਂਦੇ ਦੱਸਦੇ ਵੀ ਨਹੀਂ ਵੀ ਕਿੱਥੇ ਲੈ ਕੇ ਚੱਲੇ ਅਸੀਂ ਤਾਂ ਉਹਨੂੰ ਸੀਕਰੇਟਲੀ ਫੋਲੋ ਕਰਦੇ ਇੱਥੇ ਆਏ ਆ ਤੇ ਉਹ ਜਿਹੜੀ ਉਹਦਾ ਨਾਮ ਕੀ ਹੈ ਜੀ ਕਿੰਨੇ ਪੈਸੇ ਲਏ ਸੀਗੇ ਤੇ ਕਿੰਨੇ ਚਿਰ ਤੋਂ ਇਹ ਕੰਮ ਚੱਲ ਰਿਹਾ ਇੱਥੇ ਜਿਹੜਾ ਮਲਕੀ ਚੱਲ ਨਹੀਂ ਰਿਹਾ ਇਹ ਤਾਂ ਡਾਕਟਰ ਚਹਿਲ ਦਾ ਹਸਪਤਾਲ ਹੈ ਮੈਂ ਤਾਂ ਇੱਥੇ ਰਿਪੋਰਟਿੰਗ ਕਰਦਾ ਤੇ ਡਾਕਟਰ ਚਹਿਲ ਕਿੱਥੇ ਨੇ ਫਿਰ ਇਸ ਟਾਈਮ ਦੇਵੀ ਗੱਲ ਉਹਨਾਂ ਦੀ ਨੌਲੇਜ ਹੈਗਾ ਇਹ ਸਾਰਾ ਕੁਝ ਨਹੀਂ ਉਹ ਮਲਕੀ ਜ਼ਿਆਦਾਤਰ ਬਾਹਰ ਹੀ ਰਹਿੰਦੇ ਆ ਤੇ ਫਿਰ ਇਹਦਾ ਮਤਲਬ ਤੁਸੀਂ ਉਹਨਾਂ ਦਾ ਮਿਸਯੂਜ ਕਰਦੇ ਸੀ ਜੋ ਬਿਲਡਿੰਗ ਹੈ ਇਹਨਾਂ ਦਾ ਨਹੀਂ ਉਹ ਆਉਂਦੇ ਸੀ ਕਿੰਨੇ ਚਿਰ ਬਾਅਦ ਆਉਂਦੇ ਸੀਗੇ ਮਲਕੀ ਹੁਣ ਤਾਂ ਲੜ ਕੇ ਗਏ ਹੋਏ ਸੀ ਕਾਫੀ ਟਾਈਮ ਤਪੇ ਦੇ ਲੋਕ ਵੀ ਇੱਥੇ ਆਉਂਦੇ ਸੀ ਡਾਕਟਰ ਭੇਜਦੇ ਸੀ ਤੁਹਾਡੇ ਕੋਲ ਨਹੀਂ ਨਹੀਂ ਕੋਈ ਤਪੇ ਡਾਕਟਰ ਸਰਕਾਰੀ ਹਸਪਤਾਲ ਦੇ ਡਾਕਟਰ ਭੇਜਦੇ ਸੀ ਇੱਥੇ ਕਿੰਨੇ ਜਣੇ ਦਾ ਕਰਤਾ ਉਹਦੇ ਬਾਅਦ ਚੈੱਕ ਕਿੰਨੇ ਜਣੇ ਦਾ ਪਹਿਲਾਂ ਕਰ ਚੁੱਕੇ ਤੁਸੀਂ ਨਹੀਂ ਜੀ ਕਿਸੇ ਦਾ ਨਹੀਂ ਮਲਕੀ ਅੱਜ ਹੀ ਕਿੰਨੇ ਰੁਪਏ ਲੈਂਦੇ ਜੀ ਹਾਂਜੀ